ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ। ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਧਰਮਸ਼ੋਧ ਵੈਲਫੇਅਰ ਸੁਸਾਇਟੀ ਅਤੇ ਮੰਦਰ ਸ਼੍ਰੀ ਸਿੱਧ ਬਾਬਾ ਬਾਲਕਨਾਥ ਜੀ ਕਮੇਟੀ ਵੱਲੋਂ ਸਰਬਹੰਤ ਬੂਟਾ ਨਾਥ ਧਰਮਸ਼ੋਧ ਦੀ 24ਵੀਂ ਵਰਸੀ ਸਮਾਗਮ ਹੱਲਾ ਧਰਮਕੋਟ ਹੁਸ਼ਿਆਰਪੁਰ ਰੋਡ ਫਵਾੜਾ ਵਿਖੇ ਮਨਾਈ ਗਈ, ਜਿਸ ਦੇ ਵਿੱਚ ਇੱਕ ਧਾਰਮਿਕ ਸਟੇਜ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਗਾਇਕ ਦਰਸ਼ਨ ਕੋਹੇਨੂਰ, ਜਸਵੀਰ ਜੱਸੀ ਨੇ ਗੀਤਾਂ ਰਾਹੀਂ ਹਾਜ਼ਰੀ ਲਗਾਈ ਅਤੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸ਼ੋਧ, ਧਰਮਪਾਲ ਧਰਮਸ਼ੋਧ USA ਹਾਜ਼ਰ ਹੋਏ ਅਤੇ ਬਾਬਾ ਜੀ ਨੂੰ ਉਹਨਾਂ ਨੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਪ੍ਰਧਾਨ ਸ਼ੋਕ ਕਮਲ ਧਰਮਸ਼ੋਧ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਸਰੋਪਿਓਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੰਗਰ ਵੀ ਅਟੁੱਟ ਵਰਤਾਇਆ ਗਿਆ। ਇਸ ਤੋਂ ਇਲਾਵਾ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਰਮੇਸ਼ ਕਮਲ ਧਰਮਸ਼ੋਧ, ਵਲੈਤੀ ਸਹੋਕਾ ਬੁੱਧੂ ਮਸਤਾਨਾ, ਸੁੰਮ ਪੰਜੂਕਾ, ਪੰਡਿਤ ਮੋਹਨ ਲਾਲ ਚਰਨਜੀਤ, ਅਸ਼ੋਕ ਧਰਮਸ਼ੋਧ, ਬੰਟੀ ਕਮਲ ਧਰਮਸ਼ੋਧ, ਬੱਬੀ ਜਮਸ਼ੇਰਾ, ਅੱਲਾ ਸਹੋਕਾ, ਦਰਸ਼ਨ ਗੁੱਜਾ, ਸਨੀ ਅਤੇ ਸਮੂਹ ਮਹੱਲਾ ਨਿਵਾਸੀ ਹਾਜ਼ਰ ਸਨ। ਮਹੱਲਾ ਧਰਮਕੋਟ ਤੋਂ ਹਰਬੰਸ ਲਾਲ ਸੂਣ ਦੀ ਰਿਪੋਰਟ। ਮਹੰਤ ਬੁੱਟਾ ਨਾਥ ਜੀ ਧਰਮਸ਼ੋਧ ਜਿਨ੍ਹਾਂ ਦੀ 24ਵੀਂ ਵਰਸੀ ਧਰਮਸ਼ੋਧ ਵੈਲਫੇਅਰ ਸੁਸਾਇਟੀ ਅਤੇ ਮੰਦਰ ਸਿੱਧ ਬਾਬਾ ਬਾਲਕਨਾਥ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਮਹੱਲਾ ਧਰਮਕੋਟ ਬੜੀ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਆ, ਜਿਸ ਵਿੱਚ ਅਚੋਚੇ ਤੌਰ 'ਤੇ ਸਾਡੇ ਵਾਰਡ ਨੰਬਰ 4 ਦੇ ਕੌਂਸਲਰ ਸ਼੍ਰੀ ਦਰਸ਼ਨ ਲਾਲ ਧਰਮਸ਼ੋਧ ਇਸ ਸਮਾਗਮ ਨੂੰ ਇਸ ਵਰਸੀ ਨੂੰ ਚਾਰ ਚੰਦ ਨਾਲ ਪਹੁੰਚੇ ਨੇ। ਮੈਂ ਇਸ ਕਮੇਟੀ ਵੱਲੋਂ ਅਤੇ ਧਰਮਸ਼ੋਧ ਪਰਿਵਾਰ ਵੱਲੋਂ ਕੌਂਸਲਰ ਦਰਸ਼ਨ ਲਾਲ ਧਰਮਸ਼ੋਧ ਦਾ ਧੰਨਵਾਦ ਕਰਦਾ ਹਾਂ। ਇੱਕ ਅੱਜ ਅਸੀਂ ਇਸ ਵਰਸੀ ਦੇ ਮੌਕੇ 'ਤੇ ਵਿਸ਼ੇਸ਼ ਸਨਮਾਨ ਕਰਨ ਜਾ ਰਹੇ ਹਾਂ। ਸਾਡੇ ਮੁਹੱਲੇ ਦੇ ਨੌਜਵਾਨ ਨੇ ਜਿਨ੍ਹਾਂ ਦੀ ਕ੍ਰਿਕਟ ਟੀਮਾਂ ਬਹੁਤ ਹੀ ਅੱਛਾ ਪਰਫਾਰਮ ਕਰ ਰਹੇ ਨੇ, ਉਹਨਾਂ ਵਿੱਚੋਂ ਅੱਜ ਇੱਕ ਨੌਜਵਾਨ ਸਾਡੇ ਵੀਰ ਦਰਸ਼ਨ ਕੋਹੇਨੂਰ ਜਿਹੜੇ ਕਿ ਸਾਡੇ ਮੁਹੱਲੇ ਦੇ ਗਾਇਕ ਵੀ ਹਨ, ਉਹਨਾਂ ਦੇ ਬੇਟੇ ਇੱਕ ਸਨਮਾਨ ਪ੍ਰਾਪਤ ਕਰਕੇ ਆਏ ਨੇ, ਜਿਹਨ ਕਾਰਨ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਨੌਜਵਾਨ ਕ੍ਰਿਕਟ ਟੀਮ ਜਿਹੜੀ ਕਿ ਇੱਕ ਨੌਜਵਾਨਾਂ ਦੀ ਸੇਧ ਹੈ ਕਿ ਨਸ਼ੇ ਤੋਂ ਦੂਰ ਰਹਿ ਕੇ ਆਪਣੀ ਜਵਾਨੀ ਨੂੰ ਬਰਕਰਾਰ ਰੱਖ ਕੇ ਕ੍ਰਿਕਟ ਦਾ ਜੋ ਟੀਮ ਮਹੱਲੇ ਵੱਲੋਂ ਧਰਮਕੋਟ ਵੱਲੋਂ ਅਸੀਂ ਅੱਜ ਉਸ ਸਨੀ ਵਰਤੀਆ ਜੋ ਕਿ ਸਾਡੇ ਗਾਇਕ ਦਰਸ਼ਨ ਕੋਹੇਨੂਰ ਦੇ ਬੇਟੇ ਨੇ ਉਹਨਾਂ ਦਾ ਸਨਮਾਨ ਕਰਨ ਜਾ ਰਹੇ ਹਾਂ। ਇਸ ਵਰਸੀ ਦੇ ਮੌਕੇ 'ਤੇ ਮੈਂ ਬੇਨਤੀ ਕਰਾਂਗਾ ਦਰਸ਼ਨ ਲਾਲ ਕੌਂਸਲਰ ਧਰਮਸ਼ੋਧ ਕਿ ਉਹਨਾਂ ਦਾ ਸਨਮਾਨ ਕੀਤਾ ਜਾਵੇ, ਉਹਨਾਂ ਦੇ ਦਰਸ਼ਨ ਕੋਹੇਨੂਰ ਇਹਨਾਂ ਦੇ ਬੇਟੇ ਨੇ। ਬਹੁਤ ਬਹੁਤ ਧੰਨਵਾਦ ਔਰ ਬੜੀ ਖੁਸ਼ੀ ਵਾਲੀ ਗੱਲ ਹੈ, ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਨੌਜਵਾਨ ਇਸੇ ਤਰ੍ਹਾਂ ਇਹਨਾਂ ਤੋਂ ਸੇਧ ਲੈ ਕੇ ਇਸੇ ਤਰ੍ਹਾਂ ਕ੍ਰਿਕਟ ਵਿੱਚ ਜੋਰ ਦਿਖਾਉਣ ਅਤੇ ਨਾਮ ਪ੍ਰਾਪਤ ਕਰਕੇ ਮੁਹੱਲੇ ਦਾ ਨਾਮ ਰੋਸ਼ਨ ਕਰਨ। ਇਸੇ ਦੇ ਨਾਲ ਸਾਡੇ ਮੁਹੱਲੇ ਦੇ